ਸਸਿਕਾ ਦੋਸਤੋ ਮੈਂ ਥੋੜਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਕਰਦਾ ਹਾਂ ਦੋਸਤੋ ਅਸੀਂ ਅੱਜ ਸੋਸ਼ਲ ਸਾਇੰਸ ਐਨਟੀਐਸਸੀ ਐਗਜ਼ਾਮੀਨੇਸ਼ਨ ਜੋ 13 ਦਸੰਬਰ 2020 ਨੂੰ ਕੰਡਕਟ ਕਰਵਾਇਆ ਜਾ ਰਿਹਾ ਹੈ ਔਰ ਈਟੀਟੀ ਸੈਕੰਡ ਪੇਪਰ ਜੋ 29 ਨਵੰਬਰ 2020 ਨੂੰ ਕੰਡਕਟ ਕਰਾ ਕਰਵਾਇਆ ਜਾ ਰਿਹਾ ਉਸ ਦੀ ਪ੍ਰੈਕਟਿਸਡ ਟੈਸਟ ਨੰਬਰ 1 ਫਾਰ ਸੋਸ਼ਲ ਸਾਇੰਸ ਡਿਸਕਸ ਕਰਨ ਜਾ ਰਹੇ ਹਾਂ ਤੋ ਫਰੈਂਡਸ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਦੇ ਨਵੇਂ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਇਸ ਦੇ ਨਾਲ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਹਰ ਇਨਫੋਰਮੇਟਿਵ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੇ ਵੀਡੀਓ ਨੂੰ ਲਾਈਕ ਕੋ ਸ਼ੇਅਰ ਜ਼ਰੂਰ ਕਰਨਾ ਤਾਂ ਇਸੇ ਨਾਲ ਹੀ ਸ਼ੁਰੂ ਕਰਦੇ ਹਾਂ ਦੀ ਸੋਸ਼ਲ ਸਾਇੰਸ ਪ੍ਰੈਕਟਿਸ ਐਨਟੀਐਸਈ ਐਨ ਈਟੀਟੀ ਸੈਕੰਡ ਪੇਪਰ ਔਰ ਪ੍ਰੈਕਟਿਸ ਟੈਸਟ ਨੰਬਰ ਹੈ ਜੀ 1 ਇਸ ਦਾ ਫਰਸਟ ਕੁਐਸਚਨ ਹੈ ਭਾਰਤ ਦੇ ਗੇਠ ਲਿਖੇ ਗੁਆਂਢੀ ਦੇਸ਼ਾਂ ਵਿੱਚੋਂ ਕਿਹੜਾ ਦੇਸ਼ ਖੇਤਰਫਲ ਪੱਖੋਂ ਸਭ ਤੋਂ ਛੋਟਾ ਹੈ অপਸ਼ਨ ਹੈ ਜੀ ਨੇਪਾਲ 부ਟਾਨ ਸ਼੍ਰੀਲੰਕਾ ਬੰਗਲਾਦੇਸ਼ ਇਸ ਦਾ ਰਾਈਟ ਆਨਸਰ ਹੈ ਜੀ 부ਟਾਨ ਰਾਈਟ ਆਨਸਰ ਹੈ 부ਟਾਨ ਅਗਰ ਦੇਖਿਆ ਜਾਏ 부ਟਾਨ ਦੀ ਜਿਹੜੀ ਕੈਪੀਟਲ ਹੈ ਰਾਜਧਾਨੀ ਉਹ ਅਗੇ ਜੀ ਥਿੰਫੂ ਔਰ ਬੁਟਾਨ ਦੀ ਕਰੰਸੀ ਹੈ ਕਰੰਸੀ ਹੈਗੀ ਇੱਥੇ ਇੱਥੇ ਜੀ ਨਗੂਲ ਟੰਗੂਲ ਟ੍ਰੰਪ ਐਨ ਯੂ ਦੇ ਨਾਲ ਡਿਨੋਟ ਕਰਦੇ ਨੇ ਕਰੰਸੀ ਨੂੰ ਕੁਐਸਚਨ ਨੰਬਰ 2 ਹੈ भारत का पूर्वी सिरा कड़ा है दफदार रन ऑफ कश इंदिरा पॉइंट की ब्यूथू और इसका ऑप्शन है जी ऑप्शन फोर्थ है जी की बीथू क्वेश्चन नंबर तीन है ਭਾਰਤ ਦੇ ਪੱਛਮੀ ਕਿਨਾਰੇ ਤੋਂ ਪੂਰਵੀ ਕਿਨਾਰੇ ਤੱਕ ਲਗਭਗ ਡੈਸ਼ ਡਿਗਰੀ ਦਾ ਦਿਸਾਂਤਰੀ ਫਰਕ ਹੈ 30 ਡਿਗਰੀ ਦਾ 20 ਡਿਗਰੀ ਦਾ 60 ਡਿਗਰੀ ਦਾ 10 ਡਿਗਰੀ ਦਾ ਇਸ ਦਾ ਰਾਈਟ ਆਨਸਰ ਹੈ ਜੀ 30 ਡਿਗਰੀ ਦਾ ਕੁਐਸਚਨ ਨੰਬਰ 4th ਹੈ 2011 ਦੀ ਜਨਗਣਨਾ ਅਨੁਸਾਰ ਪੰਜਾਬ ਦਾ ਸਭ ਤੋਂ ਘੱਟ ਆਬਾਦੀ ਵਾਲਾ ਜ਼ਿਲ੍ਹਾ ਕਿਹੜਾ ਸੀ ਮਾਨਸਾ ਬਰਨਾਲਾ ਸੰਗਰੂਰ ਮੋਗਾ ਇਸ ਦਾ ਰਾਈਟ ਆਨਸਰ ਹੈ ਜੀ ਬਰਨਾਲਾ ਕਵੈਸਚਨ ਨੰਬਰ 5 ਹੈ ਕਵੈਸਚਨ ਨੰਬਰ 5 ਪਾਬਰ ਬਾਂਗਰ ਖਾਡਰ ਰੇ ਅਤੇ ਭੂਰ ਧਰਤੀ ਦੇ ਕਿਸ ਭੂ ਰੂਪ ਦੀਆਂ ਕਿਸਮਾਂ ਹਨ ਪਹਾੜ ਪਠਾਰ ਮੈਦਾਨ ਉਪਰੋਕਤ ਸਾਰੇ ਇਸ ਰਾਈਟ ਆਨਸਰ ਹੈ ਜੀ ਮੈਦਾਨ ਕਵੈਸਚਨ ਨੰਬਰ 6 ਹੈ ਭਾਰਤ ਦੀ ਪ੍ਰਸਿੱਧ ਪੁਲੀਕਟ ਜੀਲ ਕਿਹੜੇ ਤੱਟੀ ਮੈਦਾਨ ਵਿੱਚ ਸਥਿਤ ਹੈ ਕੋਕਾਂਸ ਕੋਰੋਮੰਡਲਸ ਮਾਲਾਵਰ ਪਸ਼ਮੀ ਤਟ ਇਹਦਾ ਰਾਈਟ ਆਨਸਰ ਹੈ ਜੀ ਕੋਰੋਮੰਡਲ ਨੈਕਸਟ ਕੁਐਸਚਨ ਨੰਬਰ 7 ਹੈ Shimla Mansuri Nainital ate Darjeeling ਵਰਗੇ ਸਿਹਤ ਵਰਦਕ ਸਥਾਨ ਹਿਮਾਲਿਆ ਦੇ ਕਿਹੜੇ ਭਾਗ ਵਿੱਚ ਸਥਿਤ ਹਨ 트랜스 ਹਿਮਾਲਿਆ ਮਹਾਨ ਹਿਮਾਲਿਆ ਛੋਟਾ ਹਿਮਾਲਿਆ ਜਾਂ ਬਾਹਰੀ ਹਿਮਾਲਿਆ ਇਹ ਇਸ ਦਾ ਰਾਈਟ ਆਨਸਰ ਹੈ ਜੀ ਛੋਟਾ ਹਿਮਾਲਿਆ ਨੈਕਸਟ ਕੁਐਸਚਨ ਨੰਬਰ 8 ਕਿਹੜੇ বন ਵਿੱਚ ਲੱਕੜ ਕੱਟਣ ਅਤੇ ਪਸ਼ੂ ਚਰਾਉਣ ਦੀ ਸਖਤ ਮਨਾਹੀ ਹੁੰਦੀ ਹੈ ਰਾਜਵਨ ਰਾਖਵੀ বন ਸ਼ੋਲਾ বন ਜਾਂ ਸਦਾਬਹਾਰ বন ਇਸ ਦਾ ਰਾਈਟ ਆਨਸਰ ਹੈ ਜੀ ਰਾਖਵੀ বন ਨੈਕਸਟ ਕੁਐਸ਼ਨ ਹੈ ਸੋਨਾ ਉਤਪਾਦਨ ਵਿੱਚ ਸੰਸਾਰ ਦਾ ਕਿਹੜਾ ਦੇਸ਼ ਸਭ ਤੋਂ ਅੱਗੇ ਹੈ ਅਮਰੀਕਾ ਬਰਾਜ਼ੀਲ ਦੱਖਣੀ ਅਫਰੀਕਾ ਇਥੋਪੀਆ ਇਜ਼ ਅ ਰਾਈਟ ਆਨਸਰ ਹੈ ਜੀ ਦੱਖਣੀ ਅਫਰੀਕਾ ਕੁਐਸ਼ਨ ਨੰਬਰ 10 ਹੈ ਹੇਠ ਲਿਖੇ ਕੁਦਰਤੀ ਖੰਡਾਂ ਵਿੱਚੋਂ ਕਿਸ ਨੂੰ ਸੰਸਾਰ ਦੀ ਬ੍ਰੈਡ ਬਾਸਕਟ ਪਾਫ ਅੰਨ ਦਾ ਟੋਕਰਾ ਕਿਹਾ ਜਾਂਦਾ ਹੈ ਮਾਂਸੂਲੀਖੜ ਸਟੈਪੀਜ਼ ਖੰਡ ਜਾਂ ਰੂਮ ਸਾਗਰੀ ਖੰਡ ਜਾਂ ਭੂਮੱਧੇ ਸਾਗਰੀ ਖੰਡ ਤੇ ਰਾਈਟ ਆਨਸਰ ਹੈ ਜੀ ਸਟੈਪੀਜ਼ ਖੰਡ ਸਟੈਪੀਜ਼ ਖੰਡ ਨੈਕਸਟ ਕੁਐਸਚਨ ਨੰਬਰ 11th ਹੈ ਜਦੋਂ ਭਾਰਤ ਆਜ਼ਾਦ ਹੋਇਆ ਉਸ ਸਮੇਂ ਇੰਗਲੈਂਡ ਵਿੱਚ ਕਿਸ ਪਾਰਟੀ ਦੀ ਸਰਕਾਰ ਸੀ ਲੇਬਰ ਪਾਰਟੀ ਕੰਜ਼ਰਵੇਟਿਵ ਪਾਰਟੀ ਲਿਬਰਲ ਪਾਰਟੀ ਜਾਂ ਕਾਂਗਰਸ ਪਾਰਟੀ ਉਹ ਇਸ ਦਾ ਰਾਈਟ ਆਨਸਰ ਹੈ ਜੀ ਲੇਬਰ ਪਾਰਟੀ ਨੈਕਸਟ ਕੁਐਸਚਨ ਹੈ ਸਤਲੁਜ ਅਤੇ ਕੱਗਰ ਨਦੀ ਦੇ ਵਿਚਕਾਰਲੇ ਇਲਾਕੇ ਨੂੰ ਕੀ ਕਹਿੰਦੇ ਹਨ ਦੁਆਬਾ ਮਾਝਾ ਮਾਲਵਾ ਜਾਂ ਕੋਈ ਵੀ ਨਹੀਂ ਉਹ ਇਸ ਦਾ ਰਾਈਟ ਆਨਸਰ ਹੈ ਜੀ ਮਾਲਵਾ नैक्सट क्वेश्चन है गुरु नानक देव जी दे जन्म समय दिल्ली का सुल्तान कौन सी औरंगजेब सिकंदर लोधी इब्राहम लोधी बहलौल लोधी इसका राइट आंसर है जी बहलौल लोधी क्वेश्चन नंबर चौदह है गुरु अंगद देव जी दपत्नी का ना सी माई भागो माई सुखा माई भानी बीबी खीफी इसका राइट आंसर है जी ऑप्शन चार ਨੈਕਸਟ ਕੁਐਸਚਨ ਨੰਬਰ 15 ਹੈ 1595 ਈਸਵੀ ਵਿੱਚ ਵਿਆਸ ਨਦੀ ਕੰਡੇ ਹਰ ਗੋਵਿੰਦਪੁਰ ਨਗਰ ਦੀ ਸਥਾਪਨਾ ਕਿਸ ਗੁਰੂ ਦੁਆਰਾ ਕੀਤੀ ਗਈ ਸੀ ਗੁਰੂ ਅੰਗਦ ਦੇਵ ਜੀ ਗੁਰੂ ਅਰਜਨ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਹਰਗੋਬਿੰਦ ਸਿੰਘ ਜੀ ਔਰ ਇਸ ਦਾ ਰਾਈਟ ਆਨਸਰ ਹੈ ਜੀ ਗੁਰੂ ਅਰਜਨ ਦੇਵ ਜੀ ਨੈਕਸਟ ਕੁਐਸਚਨ ਨੰਬਰ 16 ਪੰਜਾਬ ਦੇ ਕਿਸ ਸ਼ਹਿਰ ਨੂੰ ਈਸ਼ਵਰ ਦਾ ਸ਼ਹਿਰ ਕਿਹਾ ਜਾਂਦਾ ਹੈ ਕੀਰਤਪੁਰ ਗੋਇੰਦਵਾਲ ਅੰਮ੍ਰਿਤਸਰ ਕਰਤਾਰਪੁਰ ਇਜ਼ ਦਾ ਰਾਈਟ ਆਨਸਰ ਹੈ ਜੀ ਕਰਤਾਰਪੁਰ ਨੈਕਸਟ ਕੁਐਸਚਨ ਹੈ ਸੋਸ਼ਲ ਕੌਂਟ੍ਰੈਕਟ ਪੁਸਤਕ ਦਾ ਲੇਖਕ ਕੌਣ ਸੀ ਰੂਸੋ ਲੈਨਿਨ ਅਰਸਤੋ ਜਾਂ ਕਾਲ ਮਾਕਸ ਉਹ ਇਜ਼ ਦਾ ਰਾਈਟ ਆਨਸਰ ਹੈ ਜੀ ਰੂਸੋ ਸੋਸ਼ਲ ਕੌਂਟ੍ਰੈਕਟ ਪੁਸਤ ਕੌਂਟ੍ਰੈਕਟ ਨੈਕਸਟ ਕੁਐਸਚਨ ਨੰਬਰ 18 ਯੂਲੀਅਨ ਕੈਲੰਡਰ ਗਰੀਗੋਰੀਅਾਈ ਕੈਲੰਡਰ ਤੋਂ ਕਿੰਨੇ ਦਿਨ ਪਿੱਛੇ ਸੀ 7 ਦਿਨ 13 ਦਿਨ 10 ਦਿਨ 14 ਦਿਨ ਔਰ ਇਸ ਦਾ ਰਾਈਟ ਆਨਸਰ ਹੈ ਜੀ 13 ਦਿਨ ਕੁਐਸਚਨ ਨੰਬਰ 19 ਹੈ ਜੀ ਸਫਰੀਜ਼ ਅੰਦੋਲਨ ਦਾ ਸਬੰਧ ਕਿਸ ਨਾਲ ਹੈ ਕੀਰਤੀਆਂ ਨਾਲ ਅਮੀਰਾਂ ਨਾਲ ਔਰਤਾ ਨਾਲ ਜਾਂ ਜ਼ਮੀਂਦਾਰਾਂ ਨਾਲ ਇਸ ਦਾ ਰਾਈਟ ਆਨਸਰ ਹੈ ਜੀ ਔਰਤਾ ਨਾਲ ਨੈਕਸਟ ਕੁਐਸਚਨ ਨੰਬਰ ਵੀ ਹੈ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ ਉੱਤਰ ਅਧਿਕਾਰੀ ਕੌਣ ਬਣਿਆ ਦਲੀਪ ਸਿੰਘ ਖੜਕ ਸਿੰਘ ਸ਼ੇਰ ਸਿੰਘ ਰਾਜਕੌਰ ਇਸ ਦਾ ਰਾਈਟ ਆਨਸਰ ਹੈ ਜੀ ਖੜਕ ਸਿੰਘ ਨੈਕਸਟ ਕੁਐਸਚਨ ਹੈ ਸਰਕਾਰ ਦੀ ਆਮਦਨ ਅਤੇ ਖਰਚਿਆਂ ਸੰਬੰਧੀ ਨੀਤੀ ਨੂੰ ਕੀ ਕਹਿੰਦੇ ਹਨ ਵਿਦੇਸ਼ੀ ਨੀਤੀ ਰਾਜਕੋਸ਼ੀ ਨੀਤੀ ਘਾਟੇ ਵਿੱਤ ਨੀਤੀ ਵਿਵਸਥਾ ਜਾਂ ਮੋਦਰਾ ਸਫਿਤੀ ਔਰ ਇਸ ਦਾ ਰਾਈਟ ਆਨਸਰ ਹੈ ਜੀ ਰਾਜਕੋਸ਼ੀ ਨੀਤੀ ਕੁਐਸਚਨ ਨੰਬਰ 22 ਹੈ ਭਾਰਤੀ ਰਿਜ਼ਰਵ ਬੈਂਕ ਦੀ ਸਥਾਪਨਾ ਕਦੋਂ ਹੋਈ 1947 1937 1935 1900 25 ਦਾ ਰਾਈਟ ਆਨਸਰ ਹੈ ਜੀ 1935 ਵਿੱਚ ਭਾਰਤ ਰਿਜ਼ਰਵ ਬੈਂਕ ਦੀ ਸਥਾਪਨਾ ਹੋਈ ਨੈਕਸਟ ਕੁਐਸਚਨ ਨੰਬਰ 23 ਹੈ ਸਰਕਾਰ ਦੁਆਰਾ ਲੋੜਨ ਦੀਆਂ ਵਸਤੂਆਂ ਦੇ ਸਟਾਕ ਰੱਖਣ ਨੂੰ ਕੀ ਕਹਿੰਦੇ ਹਨ ਬਫਰ ਸਟਾਕ ਸਟਾਕ ਐਕਸਚੇਂਜ ਲੋਕਲ ਸਟਾਕ ਰੌਸਟਰੀ ਸਟਾਕ ਇਜ਼ ਅ ਰਾਈਟ ਆਨਸਰ ਜੀ ਬਫਰ ਸਟਾਕ ਨੈਕਸਟ ਕੁਐਸਚਨ ਹੈ ਕਿਸੇ ਵਸਤੂ ਜਾਂ ਸੇਵਾ ਵਿੱਚ ਮਨੁੱਖ ਦੀਆਂ ਲੋੜਾਂ ਨੂੰ ਸੰਤੁਸ਼ਟ ਕਰਨ ਦੀ ਸਮਰੱਥਾ ਨੂੰ ਕੀ ਕਹਿੰਦੇ ਹਨ ਉਪਭੋਗ ਤੁਸ਼ਟੀਗੁਣ ਉਤਪਾਦਨ ਜਾਂ ਖਰਚ ਇਸ ਦਾ ਰਾਈਟ ਆਨਸਰ ਹੈ ਜੀ ਤੁਸ਼ਟੀਗੁਣ ਨੈਕਸਟ ਕੁਐਸਚਨ ਹੈ ਹੇਠ ਲਿਖਿਆਂ ਵਿੱਚੋਂ ਕਿਹੜੀ ਸਮੀਕਰਨ ਠੀਕ ਹੈ ਬਚਤ ਬਰਾਬਰ ਹੁੰਦੀ ਹੈ ਆਮਦਨ ਪਲੱਸ ਉਪਭੋਗ बचत बराबर होएगी उपभोग प्लस आमदन ज आमदन बराबर होएगी बचत प्लस उपभोग या उपभोग बराबर होगी आमदन प्लस बचत तो इसका राइट आंसर आ जाएगा जी आमदन जड़ी है जी हैगी बचत प्लस उपभोग ठीक है जी नेक्स्ट क्वेश्चन ट्वेंटी सिक्स है जी डी पी निखते हैं जनर घरेलू उत्पाद ਕੁੱਲ ਗਰੇਲੂ ਉਤਪਾਦ ਕੁੱਲ ਵਿਕਾਸ ਉਤਪਾਦ ਜਾਂ ਜਨਰਲ ਵਿਕਾਸ ਉਤਪਾਦ ਤੋ ਇਸ ਦਾ ਰਾਈਟ ਆਨਸਰ ਹੈ ਜੀ ਕੁੱਲ ਗਰੇਲੂ ਉਤਪਾਦ ਨੈਕਸਟ ਕੁਐਸਚਨ ਨੰਬਰ 27th ਹੈ ਜੀ ਡੈਸ਼ ਖੇਤਰ ਵਿੱਚ ਕੁਦਰਤੀ ਸਾਧਨਾਂ ਦੀ ਵਰਤੋਂ ਕਰਕੇ ਉਤਪਾਦਨ ਕੀਤਾ ਜਾ ਸਕਦਾ ਹੈ ਗੌਣ ਖੇਤਰ ਮੋਢਲਾ ਖੇਤਰ ਸੇਵਾ ਖੇਤਰ ਕੋਈ ਨਹੀਂ ਇਸ ਦਾ ਰਾਈਟ ਆਨਸਰ ਹੈ ਜੀ ਮੋਡਲਾ ਖੇਤਰ ਨੈਕਸਟ ਕੁਐਸਚਨ ਹੈ ਗੈਰ ਬੈਂਕਿੰਗ ਵਿੱਤੀ ਸੰਸਥਾ ਕਿਹੜੀ ਹੈ ਭਾਰਤੀ ਸਟੇਟ ਬੈਂਕ ਭਾਰਤੀ ਰਿਜ਼ਰਵ ਬੈਂਕ ਭਾਰਤੀ ਜੀਵਨ ਬੀਮਾ ਪੰਜਾਬ ਨੈਸ਼ਨਲ ਬੈਂਕ ਇਸ ਦਾ ਰਾਈਟ ਆਨਸਰ ਆ ਜਾਏਗੀ ਭਾਰਤੀ ਜੀਵਨ ਬੀਮਾ ਕੁਐਸਚਨ ਨੰਬਰ 29th ਹੈ ਸੋਵੀਅਤ ਸੰਘ ਦਾ ਵਿਗਟਨ ਕਦੋਂ ਹੋਇਆ 1971 ਇਸਵੀ ਚ 1917 ਇਸਵੀ ਚ 1981 ਇਸਵੀ ਚ 1991 ਇਸਵੀ ਦੇ ਵਿੱਚ ਦੋ ਇਸ ਦਾ ਰਾਈਟ ਆਨਸਰ ਹੈ ਜੀ 1991 ਇਸ ਵਿੱਚ ਨੈਕਸਟ ਕੁਐਸਚਨ ਹੈ ਲੋਕਤੰਤਰ ਵਿੱਚ ਸ਼ਾਸਨ ਦੀ ਸ਼ਕਤੀ ਦਾ ਮੁੱਖ ਸੋਮਾ ਕੌਣ ਹੁੰਦਾ ਹੈ ਵਿਧਾਇਕ ਸੰਵਿਧਾਨ ਲੋਕ ਸਰਕਾਰੀ ਕਰਮਚਾਰੀ ਇਸ ਆ ਰਾਈਟ ਆਨਸਰ ਹੈ ਜੀ ਲੋਕ ਨੈਕਸਟ ਕੁਐਸਚਨ ਨੰਬਰ 31 ਹੈ ਭਾਰਤੀ ਸੰਵਿਧਾਨ ਵਿੱਚ ਸੋਧ ਸੰਬੰਧੀ ਉਪਵੰਧ ਕਿਹੜੇ ਦੇਸ਼ਾਂ ਤੋਂ ਲਿਆ ਗਿਆ ਹੈ ਕੈਨੇਡਾ ਇੰਗਲੈਂਡ ਅਫਰੀਕਾ ਆਇਰਲੈਂਡ ਇਸ ਦਾ ਰਾਈਟ ਆਨਸਰ ਹੈ ਜੀ ਦੱਖਣੀ ਅਫਰੀਕਾ ਨੈਕਸਟ ਕੁਐਸਚਨ ਹੈ ਦੁਨੀਆ ਦੇ ਮਹਾਨ ਸਮਾਜਵਾਦੀ ਨੇਤਾ ਫਿ델 ਕਾਸਟਰੋ ਦਾ ਸਬੰਧ ਕਿਸ ਦੇਸ਼ ਨਾਲ ਹੈ ਕੋਰੀਆ ਕਿਊਬਾ ਰੂਸ ਜ਼ਿੰਬਾਬਵੇ ਇਸ ਦਾ ਰਾਈਟ ਆਨਸਰ ਹੈ ਜੀ ਕਿਊਬਾ ਨੈਕਸਟ ਕੁਐਸਚਨ ਹੈ ਬੋਟਾ ਪੈਨ ਦੀ ਮਿੱਟੀ ਤੋਂ ਕਿੰਨੇ ਘੰਟੇ ਪਹਿਲਾਂ ਚੋਣ ਪ੍ਰਚਾਰ ਬੰਦ ਕਰ ਦਿੱਤਾ ਜਾਂਦਾ ਹੈ 24 ਘੰਟੇ 36 ਘੰਟੇ 48 ਘੰਟੇ ਜਾਂ 72 ਘੰਟੇ ਇਸ ਦਾ ਰਾਈਟ ਆਨਸਰ ਹੈ ਜੀ 48 ਘੰਟੇ ਨੈਕਸਟ ਕੁਐਸਚਨ ਨੰਬਰ ਹੈ ਜੀ 34 ਸੰਵਿਧਾਨ ਦੇ ਅਨੁਛੇਦ 14 ਤੋਂ 18 ਤੱਕ ਕਿਹੜਾ ਮੌਲਿਕ ਅਧਿਕਾਰ ਦਰਜ ਹੈ ਸਮਾਨਤਾ ਦਾ ਅਧਿਕਾਰ ਸੁਤੰਤਰਤਾ ਦਾ ਅਧਿਕਾਰ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਸਿੱਖਿਆ ਦਾ ਅਧਿਕਾਰ ਇਸ ਦਾ ਰਾਈਟ ਆਨਸਰ ਹੈ ਜੀ ਸਮਾਨਤਾ ਦਾ ਅਧਿਕਾਰ नैक्सट क्वेश्चन है दुनिया के दे किस देश का संविधान बहुत कठोर है ऑस्ट्रेलिया जापान अमरीका इंग्लैंड इसका राइट आंसर है जी अमरीका नैक्सट क्वेश्चन है क्वेश्चन नंबर थर्टी सिक्स है अंतरराष्ट्रीय अदालत का मुख्य दफ्तर किथे है तो इस ऑप्शन है साढ़े हॉलैंड न्यूजीलैंड इंग्लैंड पोलैंड तो इज द राइट आंसर है जी हॉलैंड so, तो फ्रेंड्स अगर ਤੁਹਾਨੂੰ ਵੀਡੀਓ ਅੱਛੀ ਲੱਗੀ ਵੀਡੀਓ ਨੂੰ ਲਾਈਕ ਕੋਰ ਸ਼ੇਅਰ ਜਰੂਰ ਕਰਨਾ ਅਗਰ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਜੈ ਹਿੰਦ